ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਜਤਿੰਦਰ ਸਿੰਘ, ਵੈਲਕਮ ਕ੍ਰੋਪ ਸਾਇੰਸ ਤੋਂ। ਅੱਜ ਦੀਪਕ ਵੈਜੀਟੇਬਲ ਫਰੂਟ ਨਰਸਰੀ ਫਾਰਮ ਪਿੰਡ ਜੋਈਆਂ ਤਹਿਸੀਲ ਤੇ ਜ਼ਿਲ੍ਹਾ ਪਠਾਨਕੋਟ ਵਿਖੇ ਪਹੁੰਚਿਆ। ਦੀਪਕ ਜੀ, ਹੁਣ ਇੱਕ ਸਾਡੀ ਕੰਪਨੀ ਦੀ ਕੋਲੀਫਲਾਵਰ WS 505 ਲਗਾਈ ਸੀਗੀ। ਦੀਪਕ ਭਾਜੀ, ਇਹਦੇ ਬਾਰੇ ਦੱਸਣਾ ਵੀ ਕਿੰਨੀ ਤਰੀਕ ਨੂੰ ਪਨੀਰੀ ਬੀਜੀ ਆ ਅਤੇ ਕਿੰਨੀ ਨੂੰ ਲਾਈ ਅਤੇ ਕਿੰਨੇ ਦਿਨ ਬਾਅਦ ਫੁੱਲ ਆਇਆ ਤੁਹਾਨੂੰ ਇਹ? ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ। ਇਹ ਆਪਾਂ ਜਿਹੜੀ ਇਹ ਪਨੀਰੀ ਲਾਈ ਸੀ, ਇਹ ਲਗਭਗ ਸਤੰਬਰ ਦੇ ਅਗਸਤ ਦੀ 15 ਨੂੰ ਲਗਾਈ। ਠੀਕ ਹੈ ਜੀ। ਅਤੇ 5 ਜਾਂ 6 ਸਤੰਬਰ ਨੂੰ ਇਹ ਆਪਾਂ ਟਰਾਂਸਪਲਾਂਟ ਕਰਤੀ। 22 ਦਿਨ ਦੀ ਪਨੀਰੀ? ਹਾਂ, 22 ਦਿਨ ਦੀ। ਠੀਕ ਹੈ। ਅਤੇ ਮਤਲਬ ਵੀ 60 ਦਿਨਾਂ ਬਾਅਦ ਇਹ 62 ਤੋਂ 65 ਦਿਨ ਬਾਅਦ ਇਹ ਬਣਨੀ ਸ਼ੁਰੂ ਹੋ ਗਈ। ਮਤਲਬ ਇੱਕ ਅੱਧਾ ਫੁੱਲ ਵੱਢਿਆ ਆਪਾਂ। ਠੀਕ ਹੈ। ਜੈਸੇ ਤਾਂ ਭਾਜੀ ਕਹਿੰਦੇ ਵੀ 60 ਦਿਨ ਲੈਣਗੇ, ਪਰ ਸਾਡੀ ਜ਼ਮੀਨ ਠੰਡੀ ਹੈ ਅਤੇ ਵੱਧ ਟਾਈਮ ਲੱਗ ਗਈ। ਪਹਾੜੀ ਏਰੀਆ ਨੇ। ਹਾਂਜੀ। ਅਤੇ ਇਹ ਲੈ ਗਈ ਹੁਣ 70 ਤੋਂ 75 ਦਿਨ। 70 ਦਿਨ ਦੀ ਆ ਗਈ। ਫੁੱਲ ਬੜਾ ਵਧੀਆ। ਹਾਂਜੀ, ਲੈ ਵੇਖੋ ਤੁਸੀਂ। ਠੀਕ ਹੈ ਜੀ। ਬੋਰ ਕੋਈ ਨਹੀਂ ਹੈ, ਕੋਈ ਬੋਰ ਨਹੀਂ ਆਈ ਕਿਸੇ ਫੁੱਲ ਨੂੰ। ਠੀਕ ਹੈ। ਅਤੇ ਚਿੱਟੀ ਬਣੀ ਹੈ। ਚਿੱਟੀ ਬਣੀ। ਠੀਕ ਹੈ ਜੀ। ਦੇਖੋ ਜੀ, ਡਿਮਾਂਡ ਵੀ ਬੜੀ ਹੈ ਮੰਡੀ 'ਚ। ਤੁਸੀਂ ਦੱਸਿਆ ਵੀ ਜਦੋਂ ਲੈ ਕੇ ਗਏ, ਵਪਾਰੀ ਕੀ ਕਹਿੰਦਾ? ਬਾਕੀ 13 ਵਿਕੀ ਹੈ, 15 ਵਿਕੀ। 2 ਰੁਪਏ ਤੁਹਾਡਾ ਵੱਧ ਵਿਕੀ? ਵੱਧ ਵਿਕੀ, ਅੜ ਕੇ ਵੇਚੀ। ਠੀਕ ਹੈ। ਕਹਿ ਕੇ ਦਿੱਤਾ ਵੀ ਜੇ ਕੋਈ ਬੋਰ ਵਾਲਾ ਫੁੱਲ ਨਿਕਲੇ ਜਾਂ ਖਰਾਬ ਫੁੱਲ ਨਿਕਲੇ ਵਿੱਚ, ਤੇ ਤੁਸੀਂ ਵਾਪਸ ਕਰਦੇ। ਤੁਸੀਂ ਹੋਰ ਜ਼ਮੀਨਦਾਰ ਭਰਾਵਾਂ ਨੂੰ ਵੀ ਕਹੋ ਵੀ 505 ਨਹੀਂ। ਮੈਂ ਇਹ ਕਹਿੰਦਾ ਵੀ ਜਿਹੜੀ ਇਹ 505 ਖੇਤੀ 'ਚ ਕਾਮਯਾਬ ਆ, ਬਹੁਤ ਵਧੀਆ ਵਰਾਇਟੀ ਆ। ਠੀਕ ਆ। ਤੇ ਇਹ ਮਤਲਬ ਵੀ ਲਗਾਉਣੀ ਚਾਹੀਦੀ ਹੈ ਜਿਹੜਾ ਕੱਤਕ ਵਾਲਾ ਸੈਗਮੈਂਟ ਆ ਉਹਦੇ ਵਿੱਚ। ਕੱਤਕੀ ਸੈਗਮੈਂਟ 'ਚ ਟੌਪ ਦੀ, ਸਭ ਤੋਂ ਟੌਪ ਦੀ, ਉਹਦੇ ਉੱਪਰ ਵਰਾਇਟੀ ਤੁਸੀਂ ਇਹਦੇ ਉੱਤੇ ਕੋਈ ਵਰਾਇਟੀ ਨਹੀਂ। ਕਾਫੀ ਵਰਾਇਟੀਆਂ ਟਰਾਈ ਕਰਦੇ ਹੋ? ਮੈਂ ਬਿਲਕੁਲ ਜੀ, ਕੋਈ ਵਰਾਇਟੀ ਨਹੀਂ ਹੈਗੀ। ਤੁਹਾਨੂੰ ਸ਼ੌਂਕ ਵੀ ਆ ਖੇਤੀ ਕਰਨ ਦਾ ਵੀ, ਨਾਲ ਮੱਸੀ ਦੇ ਨਾਲ? ਹਾਂਜੀ ਹਾਂਜੀ। ਇਹ ਮੈਂ ਆਪਣੇ ਫਾਰਮ ਤੇ ਲਗਾਈ, ਖੁਦ ਲਗਾਈ ਆ। ਹਾਂਜੀ। ਮੈਂ ਥੋੜਾ ਹੀ ਥਾਂ ਲਗਾਇਆ, ਮੈਂ ਕੋਈ ਕਨਾਲ 1.5 ਕਨਾਲ ਥਾਂ। ਠੀਕ ਹੈ। ਤੇ ਮੈਂ ਟ੍ਰਾਇਲ ਕਰਨਾ ਸੀ ਵੀ ਹੁੰਦੀ ਵੀ ਆ ਸਾਡੇ ਘਰ, ਨਹੀਂ ਹੁੰਦੀ ਨਹੀਂ। ਠੀਕ ਹੈ। ਪਰ ਵਧੀਆ ਬਣੀ ਹੈ। ਠੀਕ ਹੈ। ਠੀਕ ਹੈ ਜੀ। ਐਵਰੇਜ ਦੀ ਘੱਟੋ ਘੱਟ ਕਨਾਲ ਦੇ ਵਿੱਚੋਂ ਕੋਈ 15-16 ਕੁਇੰਟਲ ਦੀ ਐਵਰੇਜ ਆਜੂਗੀ। ਹਾਂਜੀ, ਵੈਰੀ ਗੁੱਡ। ਠੀਕ। ਹੋਰ ਵੀਰ ਜੀ, ਤੁਸੀਂ ਜ਼ਮੀਨਦਾਰ ਭਰਾਵਾਂ ਨੂੰ ਅਖੀਰ ਕੀ ਕਹੋਗੇ ਇਹਦੇ ਬਾਰੇ? ਵਰਾਇਟੀ ਵਧੀਆ ਆ। ਹਾਂਜੀ। ਮਤਲਬ ਵੀ ਕੋਈ ਉਹੋ ਜਿਹੀ ਨਹੀਂ, ਮਤਲਬ ਵੀ ਜਿੱਦਾਂ ਵੀ ਕਈ ਕੰਪਨੀਆਂ ਦੀ ਆ ਜਾਂਦੀ ਆ ਵੀ ਬੋਰ ਆ ਜਾਏਗੀ। ਹਾਂਜੀ। ਦੂਜੀ ਕੰਪਨੀ ਦੀ ਲਗਾਉਂਦੇ ਸੀ, ਉਹ ਇੱਕ ਵਾਰ ਬੋਰ ਖਾ ਗਈ ਸਾਰੀ। ਠੀਕ ਹੈ। ਠੰਡ ਪੈ ਗਈ ਛੇਤੀ, ਉਹ ਬੋਰ ਖਾ ਗਈ। ਹਾਂਜੀ। ਪਰ ਇਹ ਠੰਡ ਵੀ ਪਈ ਹੈ, ਬੋਰ ਨਹੀਂ ਖਾਤੀ? ਨਹੀਂ ਖਾਤਾ, ਬੋਰ ਆਇਆ ਨਹੀਂ ਇੱਥੇ? ਨਹੀਂ ਆਇਆ ਬੋਰ। ਮੈਂ ਜਕੂਬ ਜੀ ਨੂੰ ਕਹਾਂਗਾ ਵੀ ਥੋੜ੍ਹਾ ਜਿਹਾ ਇੱਥੇ ਫੋਕਸ ਕਰਨ ਉੱਤੇ, ਬੂਟੇ 'ਤੇ ਲਿਆ ਕੇ। ਜੀ ਸਰ, ਇਹ ਦੇਖੋ। ਮੇਹਨਤ ਵੀ ਅੱਛੀ ਕੀਤੀ ਹੈ ਦੀਪਕ ਹੁਣਾਂ ਨੇ। ਬਹੁਤ ਬਹੁਤ ਧੰਨਵਾਦ ਦੀਪਕ ਜੀ।